जय माता दी जी। सारे नूं क्या हाल चाल सारिआं दा। 3:30 बजे सवेर दे आई बिलीव। हाँ जी 3:30 हो गया सवेर दे। कुछ करन नूं सीगा नहीं ते मेरे दिल च ख्याल आया कि एक छोटी जी कहानी चलो तुहाडे सारिआं दे नाल मैं शेयर करदा। एक पिंड दे विच एक मस्जिद हुंदी है जिथे रोज मौलवी साहब अजान दिंदे आ, अल्लाह अकबर दा होका दिंदे आ कि आओ रब नूं मिलो आके। ते उत्थे उस मस्जिद दे मोहरे छोटे छोटे बच्चे खेलते हुंदे आ। ਉਹਨਾਂ ਦੇ ਵਿੱਚੋਂ ਇੱਕ ਬੱਚੇ ਦੇ ਕੰਨ ਦੇ ਵਿੱਚ ਇਹ ਆਵਾਜ਼ ਪੈਂਦੀ ਰਹਿੰਦੀ ਪੈਂਦੀ ਰਹਿੰਦੀ ਪੈਂਦੀ ਰਹਿੰਦੀ ਕਿ ਆਓ ਮੌਲਵੀ ਸਾਹਿਬ ਅਜ਼ਾਨ ਦਿੰਦੇ ਆ ਅੱਲਾਹੁ ਅਕਬਰ ਕਹਿ ਕੇ ਜਾਂ ਜੋ ਵੀ ਉਹ ਸ਼ਬਦ ਦੀ ਵਰਤੋਂ ਕਰਦੇ ਆ ਕਿ ਆਓ ਰੱਬ ਨੂੰ ਮਿਲੋ। ਅਤੇ ਇਹੀ ਗੱਲਾਂ ਰੋਜ਼ ਸੁਣ ਸੁਣ ਕੇ ਉਹ ਬੱਚਾ ਬੜਾ ਹੋ ਜਾਂਦਾ। ਇੱਕ ਦਿਨ ਉਹਦੇ ਘਰ ਦੇ ਉਹਨੂੰ 2-3 ਬੱਕਰੀਆਂ ਦਿੰਦੇ ਕਿ ਲੈ ਵੀ ਤੂੰ ਬੱਕਰੀਆਂ ਜਾ ਕੇ ਚਾਰ ਕੇ ਲਿਆ। ਅਤੇ ਜਦੋਂ ਬੱਕਰੀਆਂ ਚਾਰਨ ਜਾਂਦਾ ਅਤੇ ਉਹਦੇ ਦਿਲ 'ਚ ਖਿਆਲ ਆਉਂਦਾ ਕਿ ਮੌਲਵੀ ਸਾਹਿਬ ਰੋਜ਼ ਹੀ ਰੌਲਾ ਪਾਉਂਦੇ ਆ, ਰੋਜ਼ ਹੀ ਹੋਕਾ ਦਿੰਦੇ ਆ ਕਿ ਉਹਨਾਂ ਅੱਜ ਇਹਨਾਂ ਨੂੰ ਰੱਬ ਦੇ ਬਾਰੇ ਪੁੱਛਿਆ ਜਾਵੇ, ਇਹਨਾਂ ਨੂੰ ਜ਼ਿਆਦਾ ਪਤਾ ਆ। ਅਤੇ ਚਲੋ ਜੀ ਉਹ ਆਪਣੇ ਬੱਕਰੀਆਂ ਨੂੰ ਇੱਕ ਪਾਸੇ ਛੱਡ ਕੇ ਅਤੇ ਅੰਦਰ ਜਾ ਵੜਦਾ ਮਸਜਿਦ। ਉਹ ਕਹਿੰਦਾ ਮੌਲਵੀ ਸਾਹਿਬ ਕਿ ਰੱਬ ਕਿੱਥੇ ਆ, ਰੱਬ ਨੂੰ ਮੈਂ ਮਿਲਣਾ ਚਾਹੁੰਦਾ ਹਾਂ। ਮੌਲਵੀ ਸਾਹਿਬ ਆਪਣੇ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਹੁੰਦੇ ਆ, ਜਿਹੜੇ ਮਸਜਿਦ ਦੇ ਵਿੱਚ ਕੰਮ ਕਰਦੇ ਹੁੰਦੇ ਆ, ਬਹੁਤ ਸਾਰੇ ਕੰਮ ਹੁੰਦੇ ਉਹਨਾਂ ਨੂੰ। ਚਲੋ ਉਹ ਕਹਿੰਦੇ ਕਿ ਬਾਹਰ ਉਹ ਪੇੜ ਦੇ ਥੱਲੇ ਰੁੱਖ ਦੇ ਥੱਲੇ ਉਹ ਫਕੀਰ ਬੈਠਾ, ਉਹਨੂੰ ਪੁੱਛ ਲਾ ਜਾ ਕੇ, ਉਹ ਦੱਸ ਦੂਗਾ ਤੈਨੂੰ ਮੈਂ ਬਿਜ਼ੀ ਹਾਂ। ਠੀਕ ਆ, ਉਹਦੇ ਦਿਲ 'ਚ ਖਿਆਲ ਆਇਆ ਕਿ ਮੌਲਵੀ ਸਾਹਿਬ ਰੋਜ਼ ਹੀ ਰੌਲਾ ਪਾਉਂਦੇ, ਆ ਜਾਓ ਰੱਬ ਨੂੰ ਮਿਲ ਲਓ, ਅੱਲਾਹੁ ਅਕਬਰ, ਉਸ ਪਰਵਰਦਿਗਾਰ ਦਾ ਹੋਕਾ ਰੋਜ਼ ਹੀ ਦਿੰਦੇ ਆ ਮਸਜਿਦ ਦੇ ਵਿੱਚੋਂ, ਅਤੇ ਅੱਜ ਇਹ ਗੱਲ ਹੀ ਨਹੀਂ ਕਰਦੇ। ਚਲੋ ਐਨੀਵੇ ਉਹ ਬਾਹਰ ਆ ਜਾਂਦਾ, ਬਾਹਰ ਆ ਕੇ ਉਹਨੂੰ ਮਿਲਦਾ ਪੀਰ ਫਕੀਰ ਬੈਠੇ ਹੁੰਦੇ ਆ ਥੱਲੇ, ਰੁੱਖ ਦੇ ਥੱਲੇ ਬੈਠੇ ਹੁੰਦੇ ਆ। ਅਤੇ ਉਹਨਾਂ ਨੂੰ ਆ ਕੇ ਪੁੱਛਦਾ ਕਿ ਬਾਬਾ ਜੀ ਮੈਂ ਰੱਬ ਨੂੰ ਮਿਲਣਾ, ਰੱਬ ਕਿੱਥੇ ਆ। ਅਤੇ ਉਹ ਬੜਾ ਖੁਸ਼ ਹੁੰਦੇ ਕਿ ਚਲੋ ਛੋਟੇ ਜਿਹੇ ਬੱਚੇ ਦੀ ਜਿਹੜੀ ਚਾਹਤ ਆ ਬਹੁਤ ਵੱਡੀ ਆ, ਬੱਚਾ ਚਾਹੇ ਛੋਟਾ ਆ ਅਤੇ ਇਹਦੇ ਖਿਆਲਾਤ ਬਹੁਤ ਬੜੇ ਆ, ਉਹ ਉਹਨਾਂ ਉਹਦੇ ਖਿਆਲਾਤ ਦੀ ਕਦਰ ਕਰਦੇ ਆ, ਪਿਆਰ ਕਰਦੇ ਉਹਦੇ ਨਾਲ। ਅਤੇ ਕਿਉਂਕਿ ਪੀਰਾਂ ਫਕੀਰਾਂ ਦੀ ਮੌਜ ਹੁੰਦੀ ਆ, ਬੈਠੇ ਹੁੰਦੇ ਆ ਆਪਣੀ ਮੌਜ ਦੇ ਵਿੱਚ, ਅਤੇ ਉਹ ਉਹਨੂੰ ਥੋੜ੍ਹੇ ਜਿਹੇ ਪੈਸੇ ਦਿੰਦੇ ਆ ਕਿ ਲੈ ਫੜ ਆ, ਲੈ ਫੜ ਪਿਆ ਪੈਸੇ, ਅਤੇ ਜਾ ਕੇ ਨਾ ਉੱਥੋਂ ਮਾਰਕੀਟ ਤੋਂ ਪੰਸਾਰੀਆਂ ਦੇ ਬੂਟੀ ਲਿਆ ਜਾ ਕੇ ਭੰਗ, ਕਿ ਪਹਿਲਾਂ ਸੂਟਾ ਖਿੱਚਦੇ ਹਾਂ ਜਾਂ ਕਿੱਦਾਂ ਕੀ ਕਰਦੇ ਹਾਂ, ਫਿਰ ਇਸ਼ਕ ਦੀ ਗੱਲ ਕਰਾਂਗੇ। ਅਤੇ ਜਦੋਂ ਇਸ਼ਕ ਮਿਲ ਜੂ ਤਾਂ ਰੱਬ ਵੀ ਮਿਲ ਜੂ। ਚਲੋ ਜੀ, ਕਹਿੰਦਾ ਠੀਕ ਆ ਜੀ। ਹੁਣ ਮਾਰਕੀਟ 'ਚ ਜਾਂਦਾ 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 ਬੂਟੀ ਭੁੱਲ ਜਾਂਦਾ, ਇਕੱਲਾ ਇਸ਼ਕ ਜੀ ਚੇਤੇ ਰਹਿੰਦਾ ਸ਼ਬਦ, ਚੱਲ ਜਾਂਦਾ ਮਾਰਕੀਟ, ਜਾ ਕੇ ਦੁਕਾਨ 'ਤੇ ਜਾ ਕੇ ਕਹਿੰਦਾ ਜੀ 50 ਪੈਸੇ ਦਾ ਇਸ਼ਕ ਦੇ ਦਿਓ। ਉਹ ਕਹਿੰਦੇ ਜਾ ਯਾਰ ਕੰਮ ਕਰ, ਸਵੇਰੇ ਸਵੇਰੇ ਕਿੱਥੋਂ ਆ ਗਿਆ। ਦੂਜੀ ਦੁਕਾਨ 'ਤੇ ਜਾਂਦਾ, ਤੀਜੀ ਦੁਕਾਨ 'ਤੇ ਜਾਂਦਾ, ਇੱਦਾਂ ਹੀ 4-5 ਦੁਕਾਨਾਂ 'ਤੇ ਜਾਂਦਾ। ਹੁਣ ਤੁਹਾਨੂੰ ਪਤਾ ਅਤੇ ਹੁਣ 50 ਪੈਸੇ ਦਾ ਇਸ਼ਕ ਉਹਨੂੰ ਕਿੱਥੋਂ ਮਿਲੇ, ਕਿਉਂਕਿ ਉਹਨੇ ਕਹਿਣਾ ਤਾਂ ਬੂਟੀ ਸੀਗਾ, ਬੂਟੀ ਭੁੱਲ ਗਿਆ, ਅਤੇ ਇਸ਼ਕ ਜਿਹੜਾ ਸ਼ਬਦ ਆ ਇਕੱਲਾ ਚੇਤੇ ਰਿਹਾ, ਉਹੀ ਮੰਗਦਾ ਰਿਹਾ ਉਹ ਸਾਰਿਆਂ ਕੋਲ। ਚਲੋ ਜੀ, ਕਿਸੇ ਇੱਕ ਬਜ਼ੁਰਗ ਬੰਦੇ ਨੇ ਦੇਖਿਆ ਉਹਨੂੰ, ਬਜ਼ੁਰਗ ਬੰਦੇ ਨੇ ਦੇਖ ਕੇ ਉਹਨੇ ਸੋਚਿਆ ਕਿ ਯੰਗ ਮੁੰਡਾ ਆ ਅਤੇ ਸ਼ਾਇਦ ਇਸ਼ਕ ਲੱਭਦਾ ਫਿਰਦਾ ਆ ਪੈਸਿਆਂ ਦਾ, ਅਤੇ ਮੈਂ ਇਹਨੂੰ ਦੱਸ ਦਿੰਦਾ ਪਤਾ ਇਸ਼ਕ ਕਿੱਥੋਂ ਮਿਲਣਾ। ਉਹ ਕਹਿ ਦਿੰਦਾ ਜੀ ਕਿ ਥੋੜ੍ਹੀ ਦੂਰ ਹੀ ਇੱਕ ਰਾਜੇ ਦਾ ਮਹਿਲ ਆ, ਉਹਦੀ ਕੁੜੀ ਬੜੀ ਜਵਾਨ ਆ, ਤੇਰੀ ਹਮ ਉਮਰ ਆ, ਅਤੇ ਤੂੰ ਉੱਥੇ ਚਲੇ ਜਾ, ਤੈਨੂੰ ਉੱਥੋਂ ਇਸ਼ਕ ਮਿਲ ਜਾਊ। ਚਲੋ ਜੀ, ਜਦੋਂ ਮਹਿਲ ਦੇ ਮੂਹਰੇ ਜਾਂਦਾ
ਤੇ ਮਹਿਲ ਦੇ ਮੂਹਰੇ ਦਰਬਾਨ ਖੜੇ ਹੁੰਦੇ ਆ, ਉਹ ਕਹਿੰਦੇ ਭਾਈ ਤੂੰ ਅੰਦਰ ਨਹੀਂ ਜਾ ਸਕਦਾ ਇੱਦਾਂ, ਤੇ ਨੰਗੀਆਂ ਤਲਵਾਰਾਂ ਲੈ ਕੇ ਖੜੇ ਹੁੰਦੇ ਆ। ਉਹ ਨਹੀਂ ਮੰਨਦਾ, ਕਹਿੰਦਾ ਮੈਂ ਤਾਂ ਜੀ ਇਸ਼ਕ ਲੈ ਕੇ ਜਾਣਾ। ਉਹ ਕਹਿੰਦੇ ਕਿ ਬੱਚਾ ਹੈਗਾ ਆ ਕਿ ਰਾਜੇ ਦੇ ਕੰਨ ਦੇ ਵਿੱਚ ਕਿਤੇ ਗੱਲ ਪੈ ਗਈ ਕਿ ਮੇਰੀ ਕੁੜੀ ਤੋਂ ਇਹ ਇਸ਼ਕ ਮੰਗਣ ਆਇਆ, ਤੇ ਉਹ ਤਾਂ ਮੇਰਾ ਕੰਮ ਕਰਵਾ ਦਊਗੇ। ਉਹਨੂੰ ਪਤਿਆ ਕੇ ਇੱਧਰ ਉੱਧਰ ਕਰਕੇ ਉਹਨੂੰ ਭੇਜ ਦਿੰਦੇ ਉੱਥੋਂ। ਉਸੇ ਮਹਿਲ ਦੇ ਆਲੇ ਦੁਆਲੇ ਇੱਕ ਬੰਦਾ ਹੋਰ ਜਾਂਦਾ ਆ, ਉਹਨੂੰ ਪੁੱਛਦਾ ਕਿ ਮੈਂ ਇੱਦਾਂ ਇੱਦਾਂ ਅੰਦਰੋਂ ਇਸ਼ਕ ਲੈਣਾ ਆ ਅਤੇ ਰਾਜੇ ਦੀ ਕੁੜੀ ਦੇ ਕੋਲੋਂ, ਅਤੇ ਮੈਂ ਅੰਦਰ ਜਾਣਾ ਕਿੱਦਾਂ ਜਾਵਾਂ। ਉਹ ਕਹਿੰਦੇ ਮਹਿਲ ਦੇ ਪਿਛਲੇ ਪਾਸੇ ਇੱਕ ਗੰਦਾ ਨਾਲਾ ਆ, ਉਹ ਜਾਂਦਾ ਆ, ਤੂੰ ਉਹਦੇ ਵਿੱਚ ਦੀ ਚੱਲ ਜਾ। ਠੀਕ ਆ ਜੀ, ਹਿੰਮਤ ਕਰਦਾ ਨਾਲੇ ਵਿੱਚੋਂ ਨਿਕਲ ਜਾਂਦਾ, ਅੰਦਰ ਚੱਲ ਜਾਂਦਾ, ਰਾਣੀ ਦੇ ਕੋਲ ਚੱਲ ਜਾਂਦਾ ਆ, ਜਿਹੜੀ ਸੋਰੀ ਰਾਜੇ ਦੀ ਜਿਹੜੀ ਕੁੜੀ ਹੁੰਦੀ ਆ ਉਹਦੇ ਕੋਲ ਚੱਲ ਜਾਂਦਾ, ਸ਼ਹਿਜ਼ਾਦੀ ਕੋਲ। ਉਹ ਕੋਲ ਜਾ ਕੇ ਕਹਿੰਦਾ ਕਿ ਮੈਨੂੰ 50 ਪੈਸੇ ਦਾ ਇਸ਼ਕ ਦੇ ਦੇ। ਉਹ ਸੋਚਦੀ ਆ, ਦੇਖਦੀ ਆ ਕਿ ਜਾਂ ਤਾਂ ਕੋਈ ਕਮਲਾ ਆ ਜਾਂ ਫਿਰ ਕਿ ਹੋਰੇ ਕੋਈ ਚੀਜ਼ ਆ। ਉਹ ਕਹਿੰਦੀ ਦੇਖ, ਗੱਲ ਹੈਗੀ ਇੱਦਾਂ ਕਿ ਆ ਮੇਰੇ ਗਲੇ ਦੇ ਵਿੱਚ ਹਾਰ ਪਾਇਆ ਆ, ਲਾਲਾਂ ਦਾ ਹਾਰ ਆ, ਹੀਰਿਆਂ ਦਾ ਹਾਰ ਆ, ਆ ਸੈਂਟਰ ਦੇ ਵਿੱਚ ਇੱਕ ਲੱਗਾ ਹੈ ਨਾ, ਇਹਦੇ ਨਾਲ ਦੇ ਜੇ 2-3 ਹੋਰ ਮਿਲ ਜਾਣ ਮੈਨੂੰ ਤਾਂ ਮੈਂ ਤੈਨੂੰ ਇਸ਼ਕ ਦੇ ਸਕਦੀ। ਠੀਕ ਆ ਜੀ, ਕਹਿੰਦਾ ਨੋ ਪ੍ਰੋਬਲਮ, ਮੈਂ ਉਹ ਲੈ ਆਉਂਦਾ। ਅਤੇ ਬਾਅਦ 'ਚੋਂ ਫੇਰ ਆਉਂਦਾ, ਫਿਰ ਕਿਸੇ ਸਿਆਣੇ ਬੰਦੇ ਨੂੰ ਪੁੱਛਦਾ ਕਿ ਮੈਨੂੰ ਇੱਦਾਂ ਇੱਦਾਂ ਹੀਰੇ ਚਾਹੀਦੇ ਆ, ਲਾਲ ਚਾਹੀਦੇ ਆ, ਕਿੱਥੋਂ ਮਿਲੂਗੇ। ਉਹ ਕਹਿੰਦੇ ਭਾਈ ਉਹ ਤਾਂ ਸਮੁੰਦਰ ਦੇ ਵਿੱਚ ਹੁੰਦੇ ਆ, ਸਮੁੰਦਰ ਦੀ ਗਹਿਰਾਈ ਦੇ ਵਿੱਚ ਹੀਰੇ ਜਵਾਹਰਾਤ ਲਾਲ ਉਹਦੇ ਵਿੱਚ ਪਾਏ ਜਾਂਦੇ ਆ, ਨਾ ਕਿ ਜਗ੍ਹਾ ਜਗ੍ਹਾ ਮਿਲਦੇ ਆ। ਉਹ ਕਹਿੰਦਾ ਕੋਈ ਗੱਲ ਨਹੀਂ। ਉਹ ਜਾਂਦਾ, ਜਾ ਕੇ ਦੇਖਦਾ ਸਮੁੰਦਰ ਨੂੰ, ਦੇਖਦਾ ਸਮੁੰਦਰ ਨੂੰ ਜਾ ਕੇ ਇੱਦਾਂ ਮੂੰਹ ਲਾ ਲੈਂਦਾ, ਮੂੰਹ ਲਾਉਂਦਾ। ਬੜੇ ਲੋਕ ਆਲੇ ਦੁਆਲੇ ਲੰਘਦੇ ਵੜਦੇ ਦੇਖਦੇ ਆ ਉਹਨੂੰ ਕਿ ਇਹਨੇ ਇਹਨੇ ਮੂੰਹ ਲਾਇਆ ਆ ਸਮੁੰਦਰ ਨੂੰ। ਅਤੇ ਇੱਕ ਸਿਆਣਾ ਬਜ਼ੁਰਗ ਹੁੰਦਾ ਅਤੇ ਉਹ ਉਹਨੂੰ ਪੁੱਛਦਾ ਕਿ ਭਾਈ ਬੇਟੇ ਤੂੰ ਆ ਕੀ ਕਰਦਾ, ਕਿ ਤੂੰ ਉਮਰ ਦਾ ਵੀ ਬੜਾ ਛੋਟਾ ਆ, ਸਮੁੰਦਰ ਦਾ ਪਾਣੀ ਬੜਾ ਖਾਰਾ ਆ, ਤੂੰ ਇਹਨੂੰ ਕਿਉਂ ਇਹਨੂੰ ਇਹਦੀ ਪੀ ਜਾਂਦਾ, ਇਹਨੂੰ ਘੁੱਟ ਭਰੀ ਜਾਂਦਾ ਇਹਦੇ। ਉਹ ਕਹਿੰਦਾ ਜੀ ਮੈਂ ਇਹ ਸਾਰੇ ਸਮੁੰਦਰ ਦਾ ਪਾਣੀ ਪੀ ਕੇ ਜਿਹੜੇ ਇਹਦੇ ਥੱਲੇ ਲਾ ਲਿਆ, ਇਹਦੇ ਸਮੁੰਦਰ ਦੇ ਥੱਲੇ ਹੀਰੇ ਜਵਾਹਰਾਤ ਆ, ਉਹਨਾਂ ਨੂੰ ਕੱਢ ਕੇ ਲੈ ਕੇ ਜਾਣਾ ਤਾਂ ਮੈਨੂੰ ਇਸ਼ਕ ਮਿਲਣਾ। ਉਹ ਕਹਿੰਦੇ ਭਰਾਵਾ ਤੂੰ ਆਪਣੀ ਸਿਹਤ ਨਾ ਖਰਾਬ ਕਰ ਲਈ, ਕਿਤੇ ਮਰ ਮਰਾ ਨਾ ਜਾਈ, ਕਿ ਤੂੰ ਇਹ ਨਾ ਕੰਮ ਕਰ। ਅਤੇ ਇਹ ਕਾਕਾ ਇਹ ਬੜਾ ਇਹ ਸਮੁੰਦਰ ਵੀ ਕਦੇ ਸੁੱਕਦੇ ਹੁੰਦੇ ਆ। ਕਹਿੰਦਾ ਕੋਈ ਗੱਲ ਨਹੀਂ ਜੀ, ਮੈਂ ਸੁਕਾ ਕੇ ਹਟੂੰ, ਹੈ ਨਾ, ਅਤੇ ਮੈਂ ਇਸ਼ਕ ਲੈਣਾ ਆ, ਅਤੇ ਇਸ਼ਕ ਤੋਂ ਬਾਅਦ ਫਿਰ ਰੱਬ ਪਾਉਣਾ। ਉਹ ਸਿਆਣਾ ਬੰਦਾ ਸਿਆਣਾ ਹੁੰਦਾ, ਉਹਦੇ ਵਿੱਚ ਵੀ ਥੋੜ੍ਹੀ ਮੋਟੀ ਗੱਲਬਾਤ ਹੁੰਦੀ ਆ। ਤਾਂ ਉਹ ਕਹਿੰਦਾ ਕਿਤੇ ਛੋਟਾ ਬੱਚਾ ਆ, ਕਿਤੇ ਮਰ ਮਰਾ ਜਾਊ, ਅਤੇ ਮੈਂ ਇਹਨੂੰ ਜੇ ਇਹਦਾ ਕੰਮ ਲਾਲਾਂ ਦੇ ਨਾਲ ਹੀ ਸਰਦਾ ਆ, ਤਾਂ ਕਿਉਂ ਨਾ ਮੈਂ ਇਹਨੂੰ ਲਾਲੇ ਹੀ ਦੇ ਦੇਵਾਂ, ਹੀਰੇ ਜਵਾਹਰਾਤ ਹੀ ਦੇ ਦੇਵਾਂ ਥੋੜ੍ਹੇ ਮੋਟੇ। ਉਹਨੂੰ ਇੱਕ ਰੁੱਖ ਦੇ ਥੱਲੇ ਲੈ ਜਾਂਦਾ ਆ, ਕਹਿੰਦਾ ਚੱਲ ਤੂੰ ਸਮੁੰਦਰ ਨੂੰ ਰਹਿਣ ਦੇ, ਮੈਂ ਤੇਰਾ ਕੰਮ ਸੌਖਾ ਕਰ ਦਿੰਦਾ, ਤੂੰ ਮੇਰੇ ਨਾਲ ਚੱਲ। ਦਰਖਤ ਦੇ ਥੱਲੇ, ਰੁੱਖ ਦੇ ਥੱਲੇ ਲਿਜਾ ਕੇ ਉਹਨੂੰ ਕਹਿੰਦਾ ਲੈ ਫੜ ਆਪਣੀ ਝੋਲੀ ਕਰ, ਝੋਲੀ ਕਰ ਲੈਂਦਾ। ਆਖੇ ਝੋਲੀ ਕਰ, ਅਤੇ ਮੈਂ ਦੁਆ ਪੜ੍ਹਦਾ ਆ, ਅਤੇ ਇਹਦੇ ਵਿੱਚੋਂ ਲਾਲ ਨਿਕਲ ਜਾਣੇ, ਹੀਰੇ ਮੋਤੀ ਨਿਕਲ ਜਾਣੇ ਆ, ਤੂੰ ਆਪਣੀ ਝੋਲੀ ਭਰ ਲਈ ਅਤੇ ਫੇਰ ਤੂੰ ਇਸ਼ਕ ਲੈ ਲਈ। ਚਲੋ ਜੀ, ਦੁਆ ਕਬੂਲ ਹੁੰਦੀ ਆ, ਅਤੇ ਝੋਲੀ ਉਹਦੀ ਹੀਰਿਆਂ ਨਾਲ ਲਾਲਾਂ ਨਾਲ ਭਰ ਜਾਂਦੀ ਆ, ਅਤੇ ਲੈ ਕੇ ਉਹ ਫੇਰ ਬਸ ਮਹਿਲ ਦੇ ਪਿਛਲੇ ਪਾਸੇ ਜਿਹੜਾ ਗੰਦਾ ਨਾਲਾ ਹੁੰਦਾ ਉਹਦੇ ਵਿੱਚ ਦੀ ਜਾ ਕੇ ਸ਼ਹਿਜ਼ਾਦੀ ਦੇ ਕੋਲ ਚੱਲ ਜਾਂਦਾ, ਅਤੇ ਆ ਲਓ ਜੀ ਕਹਿੰਦਾ, ਹੈ ਨਾ, ਅਤੇ ਆ ਲਓ ਫੜੋ ਜੋ ਜਿਹੜੀ ਚੀਜ਼ ਤੁਸੀਂ ਮੰਗੀ ਸੀਗੀ ਆ ਮੈਂ ਤੁਹਾਨੂੰ ਦੇ ਦਿੱਤੀ, ਹੁਣ ਤੁਸੀਂ ਮੈਨੂੰ 50 ਪੈਸੇ ਦਾ ਇਸ਼ਕ ਦੇ ਦਿਓ। ਉਹ ਕਹਿੰਦੀ ਕਹਿੰਦੀ ਇਹ ਕੋਈ ਕੰਮ ਖਰਾਬ ਆ ਜਾਂ ਕਿੱਦਾਂ ਕੀ ਚੱਕਰ ਆ, ਇਹ ਜ਼ਰੂਰ ਇਹਦੇ ਵਿੱਚ ਕੋਈ ਕਰਾਮਾਤ ਆ ਜਾਂ ਕਿੱਦਾਂ ਕੀ ਚੱਕਰ ਆ। ਕਹਿੰਦੀ ਠੀਕ ਆ, ਹੁਣ ਤਾਂ ਲੇਟ ਹੋ ਗਿਆ ਕਿ ਰਾਤ ਹੋ ਚੱਲੀ ਆ, ਕਿ ਤੂੰ ਇੱਦਾਂ ਕਰ ਨਹਾ ਧੋ ਲੈ, ਕੱਪੜੇ ਨਵੇਂ ਪਾ ਲਾ। ਉਹਨੂੰ ਨਹਾਉਂਦੇ ਆ, ਧੁਲਾਉਂਦੇ ਆ, ਕੱਪੜੇ ਨਵੇਂ ਪਾਉਂਦੇ ਆ। ਚਲੋ ਜੀ, ਰਾਤ ਨੂੰ ਉਹਨੂੰ ਰੂਮ ਦੇ ਵਿੱਚ ਸ਼ਹਿਜ਼ਾਦੀ ਆਪਣੇ ਲੈ ਕੇ ਜਾਂਦੀ ਆ, ਅਤੇ ਉਹ
ਉਹਨੂੰ ਪਿਆਰ ਕਰਨ ਦੀ ਕੋਸ਼ਿਸ਼ ਕਰਦੀ ਆ ਤੇ ਉਹ ਕਹਿੰਦਾ ਕਹਿੰਦਾ ਮੈਨੂੰ ਹੱਥ ਨਾ ਲਾ, ਮੈਨੂੰ ਸਿਰਫ ਇਸ਼ਕ ਹੀ ਚਾਹੀਦਾ, ਮੈਨੂੰ ਹੋਰ ਕੋਈ ਚੀਜ਼ ਨਹੀਂ ਚਾਹੀਦੀ, ਜਾਂ ਤੇ ਕਿ ਮੈਨੂੰ ਸਿਰਫ ਇਸ਼ਕ ਚਾਹੀਦਾ, ਮੈਨੂੰ ਹੋਰ ਕੋਈ ਚੀਜ਼ ਨਹੀਂ ਚਾਹੀਦੀ। ਉਹ ਸ਼ਹਿਜ਼ਾਦੀ ਸੋਚਦੀ ਆ ਕਿ ਸ਼ਾਇਦ ਮੈਂ ਇਹਨੂੰ ਪਸੰਦ ਨਹੀਂ ਹੈ, ਅਤੇ ਉਹਨੂੰ ਗੁੱਸਾ ਲੱਗਦਾ ਆ, ਅਤੇ ਉਹ ਆਪਣੇ ਦਰਬਾਰਾ ਨੂੰ ਬੁਲਾ ਕੇ ਉਹਦਾ ਕਤਲ ਕਰਵਾ ਦਿੰਦੀ ਆ। ਅਤੇ ਕਤਲ ਕਰਵਾ ਕੇ ਅਤੇ ਉਸ ਤੋਂ ਬਾਹਰੋਂ ਬਾਹਰ ਜਿਹੜੇ ਜਿਹੜਾ ਕਸਾਈ ਹੁੰਦਾ ਹੈ, ਜਿਹੜਾ ਮੀਟ ਵਗੈਰਾ ਉੱਥੇ ਡਿਲੀਵਰ ਕਰਦਾ ਆ, ਉਹਦੇ ਵਿੱਚ ਰਾਜਮਹਿਲ ਦੇ ਵਿੱਚ ਮਹਿਲਾਂ ਦੇ ਵਿੱਚ ਉਹਨੂੰ ਬੁਲਾਉਂਦੇ ਆ, ਰਾਤੋ ਰਾਤ ਬੁਲਾਉਂਦੇ ਆ, ਕਹਿੰਦੇ ਕਿ ਇਹਨੂੰ ਜਦੋਂ ਤੂੰ ਸਵੇਰੇ ਆਪਣਾ ਸ਼ੌਪ ਖੋਲੂੰਗਾ, ਦੁਕਾਨ ਖੋਲੂੰਗਾ, ਉੱਥੇ ਮੀਟ ਵੇਚੂੰਗਾ, ਇਹ ਬੰਦੇ ਦਾ ਮੀਟ ਛੋਟੇ ਛੋਟੇ ਟੁਕੜੇ ਕਰਕੇ ਉਹਦੇ ਵਿੱਚ ਮਿਕਸ ਕਰਕੇ ਵੇਚ ਦੇਈਂ, ਹੈ ਨਾ, ਚੰਗੇ ਸਾਰੇ ਉਹਨੂੰ ਪੈਸੇ ਦੇ ਕੇ ਤੋੜ ਦਿੰਦੇ। ਠੀਕ ਆ ਜੀ, ਓਕੇ, ਹੈ ਨਾ, ਉਹ ਲੈ ਜਾਂਦਾ ਉਹਨੂੰ। ਅਤੇ ਉਹ ਦੂਜੇ ਦਿਨ ਬੰਦਾ ਆ ਜਾਂਦਾ ਆਪਣੇ, ਉਹ ਕਹਿੰਦਾ ਜੀ 1 ਕਿਲੋ ਮੈਨੂੰ ਬੱਕਰੇ ਦਾ ਦੇ ਦਿਓ, ਮੀਟ ਦੇ ਦਿਓ। ਉਹ ਜਦੋਂ ਤੋਲਣ ਲੱਗਦਾ ਉਹ ਕਹਿੰਦਾ ਹਾਂਜੀ ਕਿੰਨੇ ਜੀ? ਉਹ ਕਹਿੰਦਾ 100 ਰੁਪਈਏ ਕਿਲੋ ਜਾਂ 50 ਰੁਪਈਏ ਕਿਲੋ, ਉਸ ਟਾਈਮ ਦਾ ਜੋ ਵੀ ਹੋਊਗਾ, ਹੈ ਨਾ, 100 ਰੁਪਏ ਕਿਲੋ ਕਹਿੰਦਾ ਦੇ ਦਿਓ, ਹੈ ਨਾ। ਅਤੇ ਉਹ ਜਦੋਂ ਤੋਲ ਕੇ ਲਿਫਾਫੇ ਝੋਲੇ 'ਚ ਪਾ ਕੇ ਦੇਣ ਲੱਗਦਾ ਅਤੇ ਉਹ ਮੀਟ ਦੇ ਜਿਹੜੇ ਟੁਕੜੇ ਹੁੰਦੇ ਉਹਨਾਂ ਦੇ ਵਿੱਚੋਂ ਆਵਾਜ਼ ਆਈ, ਉਹ ਕਹਿੰਦਾ ਕਸਾਈਆ ਤੂੰ ਕਸਾਈ ਹੀ ਰਹਿਣਾ, ਕਹਿੰਦਾ ਕਹਿੰਦਾ ਆ ਬੱਕਰੇ ਦਾ ਮੀਟ ਵੀ ਕਹਿੰਦਾ 100 ਰੁਪਈਏ, ਉਹ ਆਸ਼ਕ ਦਾ ਮੀਟ ਵੀ 100 ਰੁਪਈਏ, ਕਹਿੰਦਾ ਜੇ ਕਹਿੰਦਾ ਮੇਰਾ ਮੀਟ ਮਲਾਈ ਲਿਆ ਸੀ ਵਿੱਚ, ਮੇਰੇ ਪੀਸ ਕਰੇ ਦਿੱਤੇ ਸੀ, ਅਤੇ ਉਹ ਥੋੜ੍ਹੀ ਜਿਹੀ ਤਾਂ ਕੀਮਤ ਉਹਦੀ ਪਾ ਦਿੰਦਾ। ਲਓ ਜੀ, ਜਦੋਂ ਆਵਾਜ਼ ਆਉਂਦੀ ਆ ਅਤੇ ਜਿਹੜਾ ਬੰਦਾ ਮੀਟ ਲੈਣ ਗਿਆ ਹੁੰਦਾ ਅਤੇ ਉਹਨੂੰ ਜਦੋਂ ਆਵਾਜ਼ ਸੁਣਦਾ ਉਹ ਕਹਿੰਦਾ ਲੈ ਵੀ ਤਾਂ ਮੀਟ 'ਚੋਂ ਆਵਾਜ਼ ਆਉਂਦੀ ਆ। ਉਹ ਸਾਰੇ ਆਲੇ ਦੁਆਲੇ ਵਾਲੇ ਜਿਹੜੇ ਮੁਹੱਲੇ ਵਾਲੇ ਸਾਰੇ ਮਾਰਕੀਟ ਵਾਲੇ ਇਕੱਠੇ ਕਰ ਲੈਂਦਾ, ਉਹ ਫੜ ਕੇ ਉਹਨੂੰ ਕਸਾਈ ਨੂੰ ਢਾ ਲੈਂਦੇ ਆ। ਜਦੋਂ ਢਾਉਂਦੇ ਆ ਅਤੇ ਮਹਾਰਾਜ ਉਹ ਲੈ ਕੇ ਝੋਲਾ, ਨਾਲੇ ਮੀਟ ਦਾ ਝੋਲਾ ਅਤੇ ਨਾਲੇ ਕਸਾਈ ਅਤੇ ਰਾਜੇ ਮੂਹਰੇ ਪੇਸ਼ ਹੋ ਜਾਂਦੇ। ਅਤੇ ਰਾਜਾ ਕਹਿੰਦਾ ਹਾਂਜੀ ਵੀ ਦੱਸੋ। ਉਹ ਕਹਿੰਦਾ ਜੀ ਮੈਂ ਤਾਂ ਇੱਦਾਂ ਤੁਹਾਡੀ ਕੁੜੀ ਨੇ ਮੈਨੂੰ ਦਿੱਤਾ ਹੈ, ਇਹ ਮੀਟ ਮੁੰਡੇ ਦਾ ਦਿੱਤਾ ਸੀ, ਮੈਂ ਵਿੱਚੇ ਮਿਕਸ ਕਰਤਾ, ਹੁਣ ਇਹ ਬੋਲਦਾ ਹੈ। ਅਤੇ ਉਹ ਕੀ ਕਰਦੇ ਆ ਕਿ ਜੇ ਹੁਣ ਬੋਲਦਾ, ਉਹ ਕਹਿੰਦਾ ਲਿਆਓ ਮੇਰੀ ਕੁੜੀ ਨੂੰ, ਹੈ ਨਾ। ਅਤੇ ਕੁੜੀ ਨੇ ਸਾਰਾ ਵੇਰਵਾ ਦੱਸਿਆ ਕਿ ਇੱਦਾਂ ਇੱਦਾਂ ਮੈਂ ਮੇਰੇ ਕੋਲ ਆਇਆ ਸੀ 50 ਪੈਸੇ ਦਾ ਇਸ਼ਕ ਲੈਣ, ਅਤੇ ਉਹ ਪਿੱਛੋਂ ਪਿੱਛੋਂ ਇੱਦਾਂ ਸਟੋਰੀ ਬੈਕ ਚੱਲ ਪੈਂਦੀ ਹੈ ਸਾਰੇ ਪਾਸੇ, ਅਤੇ ਕਿੱਥੋਂ ਆਇਆ, ਕਿਹਨੂੰ ਕਿਹਨੂੰ ਟੱਕਰਿਆ, ਕਿਹਨੇ ਕਿਹਨੇ ਕਿੱਦਾਂ ਕਿੱਦਾਂ ਇਹਨੂੰ ਭੇਜਿਆ, ਰਾਜੇ ਨੇ ਸਾਰੀ ਇਨਕੁਆਇਰੀ ਕਰਵਾ ਲਈ। ਲਓ ਜੀ, ਗੱਲ ਚੱਲਦੀ 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 ਉਸੇ ਫਕੀਰ ਕੋਲ ਜਾ ਪਹੁੰਚਦੀ ਹੈ, ਜਿਹਨੇ ਉਹਨੂੰ ਭੇਜਿਆ ਸੀ ਕਿ 50 ਪੈਸੇ ਦੀ ਬੂਟੀ ਅਤੇ 50 ਪੈਸੇ ਦੀ ਭੰਗ ਲਿਆ ਅਤੇ ਸੂਟਾ ਖਿੱਚ ਕੇ ਫਿਰ ਆਪਾਂ ਇਸ਼ਕ ਦੀ ਗੱਲ ਕਰਾਂਗੇ, ਫਿਰ ਅਸੀਂ ਰੱਬ ਨੂੰ ਪਾਵਾਂਗੇ। ਅਤੇ ਜਦੋਂ ਗੱਲ ਪਹੁੰਚਦੀ ਆ ਅਤੇ ਅੱਗੇ ਜਦੋਂ ਉਹਨੂੰ ਜਾ ਕੇ ਦੱਸਦੇ ਕਿ ਮਹਾਰਾਜ ਜਿਹੜਾ ਤੁਸੀਂ ਮੁੰਡਾ ਭੇਜਿਆ ਸੀਗਾ 50 ਪੈਸੇ ਦੀ ਬੂਟੀ ਲੈਣ ਅਤੇ ਇਸ਼ਕ ਦੀ ਗੱਲ ਕੀਤੀ ਸੀ, ਉਹਨੂੰ ਇਸ਼ਕ ਹੀ ਚੇਤੇ ਰਿਹਾ, ਬੂਟੀ ਦਾ ਚੇਤੇ ਹੀ ਨਹੀਂ ਰਹੀ ਕਿ ਆਹ ਉਹਦਾ ਹਾਲ ਆ, ਹੁਣ ਇਹਦੇ ਪੀਸ ਕਰਤੇ ਆ, ਉਹਦਾ ਮੀਟ ਬਣਾ ਤਾ ਸੀ ਛੋਟੇ ਛੋਟੇ, ਇਹਦੇ ਪੀਸ ਕਰਤੇ, ਇਹਦੇ ਵਿੱਚੋਂ ਆਵਾਜ਼ ਆਉਂਦੀ, ਹੁਣ ਅਸੀਂ ਕੀ ਕਰੀਏ। ਚਲੋ, ਫਕੀਰ ਦੀ ਮੌਤ ਸੀ, ਉਹ ਕਹਿੰਦਾ ਕਹਿੰਦਾ ਇਹ ਤਾਂ ਇਸ਼ਕ ਦਾ ਪਹਿਲਾ ਪਹਿਲਾ ਮਤਲਬ ਕਿ ਕੰਮ ਹੀ ਇਹ ਆ ਕਿ ਆਸ਼ਕ ਨੂੰ ਕੱਟ ਵੱਢ ਦੇਣਾ। ਠੀਕ ਆ ਜੀ, ਇੱਕ ਚਾਦਰ ਲਿਆਓ, ਚਾਦਰ ਲਿਆ ਕੇ ਕਹਿੰਦਾ ਇਹਦਾ ਜਿੰਨਾ ਵੀ ਮੀਟ ਆ ਉੱਤੇ ਪਾ ਦਿਓ, ਉੱਤੇ ਦੂਜੀ ਚਾਦਰ ਪਾ ਦਿਓ। ਫਕੀਰ ਉਹਦੇ ਹੱਕ ਦੇ ਵਿੱਚ ਦੁਆ ਕਰਦਾ ਆ ਅਤੇ ਕਹਿੰਦਾ ਕਿ ਯਾ ਪਰਵਰਦਿਗਾਰ, ਜੇ ਗੱਲ ਸੱਚ ਆ ਕਿ ਤੇਰੇ ਆਸ਼ਕ ਕਦੇ ਦੁਨੀਆ ਤੋਂ ਜਾਂਦੇ ਨਹੀਂ, ਤੇਰੇ ਆਸ਼ਕ ਕਦੇ ਮਰਦੇ ਨਹੀਂ, ਤੇ ਇਹ ਜਿੰਦਾ ਹੋ ਜਾਵੇ। ਲਓ ਜੀ, ਉਹਦੀ ਜਿਹੜੀ ਇਹ ਦੁਆ ਆ ਇਹ ਕਬੂਲ ਹੋ ਜਾਂਦੀ ਆ, ਅਤੇ ਜਦੋਂ ਉਹ ਪਿੰਡ ਵਾਲੇ ਕੱਪੜਾ ਚੱਕਦੇ ਆ ਅਤੇ ਥੱਲੇ ਮੁੰਡਾ ਉੱਦਾਂ ਦਾ ਉੱਤੇ ਉੱਠ ਕੇ ਇੱਕੋ ਗੱਲ ਉਹ ਕਹਿੰਦਾ ਆ ਕਿ ਮੈਨੂੰ 50 ਪੈਸੇ ਲੈ ਲਓ ਅਤੇ ਮੈਨੂੰ ਇਸ਼ਕ ਮੈਨੂੰ ਦੇ ਦਿਓ ਤਾਂ ਕਿ ਮੈਂ ਖੁਦਾ ਨੂੰ ਪਾ ਲਵਾਂ। ਸੋ ਸਾਰੇ ਜਣੇ ਉਹਨੂੰ ਬੜਾ ਪਿਆਰ ਕਰਦੇ ਆ, ਉਹ ਕਹਿੰਦੇ ਤੂੰ ਇਸ਼ਕ ਤੈਨੂੰ ਮਿਲ ਚੁੱਕਾ ਆ, ਤੂੰ ਇਸ਼ਕ ਦੇ ਵਿੱਚੋਂ ਲੰਘ ਕੇ ਆ ਗਿਆ, ਹੁਣ ਤੇਰੇ ਕੋਲ ਹੀ ਆ। ਰੱਬ ਕਹਿਣ ਦਾ ਭਾਵ ਇਹ ਆ ਸਟੋਰੀ ਦੇ ਕਿ ਜਿੰਨਾ ਚਿਰ ਇਸ਼ਕ ਨਾ ਹੋਵੇ ਉਨਾ ਚਿਰ ਅਸੀਂ ਕੋਈ ਚੀਜ਼ ਨੂੰ ਨਹੀਂ ਪਾ ਸਕਦੇ। ਜੇ ਆਪਣੇ ਦਿਲ ਦੇ ਵਿੱਚ, ਸਾਡੇ ਸਾਰਿਆਂ ਦੇ ਵਿੱਚ ਆਪਣੇ ਗੁਰੂ ਪ੍ਰਤੀ, ਆਪਣੇ ਪੀਰਾਂ ਮੁਰਸ਼ਿਦਾਂ
प्रति या जिदे विच भी आपां आस्था रखते हैं, जे उस चीज़ बारे साढ़े दिल दे विच इश्क है तो सजणों ये मन के चलो असी मर के भी नहीं कदे भी मरांगे। इस करके जिन्हां लोकां ने जिन्हां पीरां फकीरां ने इश्क कीता अपने मुर्शिद दे नाल ओह दुनिया तो पर्दा कर लैंदे आ पर वो रहिंदे हमेशा इत्थे ही आ। क्यों? क्योंकि यह परमात्मा दा उस परवरदिगार दा कौल आ कि जेड़ा मेरा आशक आ वह कदे मरदा नहीं। तो यही स्टोरी सीगी, तो मैं आशा करदा कि थानू सारयां नू इह स्टोरी चंगी लगी होगी। तो जे अगे भी जे मेरे कदे दिल च कोई स्टोरी आई जां मैं इधर उधर सुनी तो थोड़े सारयां नाल जरूर मैं शेयर करूँगा। हसदे वसदे रहो दोस्तों, तो परमात्मा थानू सारयां नू सानू सारयां नू निरोगी जीवन दवे। तो उस परवरदिगार अगे यही मेरी दुआ आ। ब्रह्म टाइम आ 4 बजे सवेर दे, कहिंदे हुंदे कि इस टाइम दे विच कीती हुई दुआ ते अरदास कदे व्यर्थ नहीं जांदी। तो मैं तां यही अरदास करदा कि असी आशक नहीं बनना, आशकां आशक बन जाना असी।